ਪਹਾੜੀ ਏਰੀਏ 'ਚ ਪਹੁੰਚ ਗਏ ਹਾਂ। ਇੱਥੇ ਮੌਂਕੀ ਵਗੈਰਾ ਦਿਸਦੇ ਪਏ ਰਸਤੇ 'ਚ ਜਾਂਦੇ ਜਾਂਦੇ। ਦੇਖੋ ਝੀਲ ਦੇ ਦਰਖਤ ਨਾ, ਨੈੱਟਵਰਕ ਬਿਲਕੁਲ ਨਹੀਂ ਹੈਗਾ, ਸਾਰਾ ਨੈੱਟਵਰਕ ਚਲਾ ਗਿਆ ਇੱਥੋਂ। ਅਤੇ ਪਸ਼ੂ ਦੇਖੋ, ਗਈਆਂ ਤੋਂ ਪਹਾੜੀ ਗਈਆਂ ਤੁਰੀਆਂ ਆਉਂਦੀਆਂ ਇੱਥੋਂ। ਅਤੇ ਪਹੁੰਚ ਗਏ ਹਾਂ ਕੀਰਤਪੁਰ ਸਾਹਿਬ ਗੁਰਦੁਆਰਾ ਸਾਹਿਬ। ਅਤੇ ਪਹਿਲਾਂ ਸੋਚਿਆ ਸੀ ਸ਼ਾਇਦ ਨੈਣਾ ਦੇਵੀ ਜਾਵਾਂਗੇ ਪਹਿਲਾਂ, ਪਰ ਅੱਜ ਠੰਡਾ ਹੀ ਸੀ ਮੌਸਮ ਅਤੇ ਕੀਰਤਪੁਰ ਸਾਹਿਬ ਪਹੁੰਚ ਗਏ ਆਪਾਂ। ਅਤੇ ਇੱਥੋਂ ਦਰਸ਼ਨ ਕਰਕੇ ਫਿਰ ਬਾਬਾ ਗੁਰਦਿੱਤਾ ਜੀ ਅਤੇ ਬਾਬਾ ਬੁੱਢਣ ਸ਼ਾਹ ਜੀ ਜਾਵਾਂਗੇ। ਮੈਂ ਸਾਰੇ ਜਿਹੜੇ ਗੁਰਧਾਮ ਹੈਗੇ ਉਹਨਾਂ ਦੇ ਜਿਹੜੇ ਬਲੌਗ ਅਲੱਗ ਅਲੱਗ ਪੋਸਟ ਕਰੂੰਗੀ, ਕਿਉਂਕਿ ਜ਼ਿਆਦਾ ਲੰਬਾ ਹੋ ਜਾਊਗਾ ਫਿਰ ਜਿੱਦਾਂ ਕਰੂੰਗੇ। ਆਹ ਦੇਖਦੀ ਹਾਂ ਕੀਰਤਪੁਰ ਸਾਹਿਬ ਦਾ ਅਤੇ ਬਾਬਾ ਬੁੱਢਣ ਸ਼ਾਹ ਜੀ ਅਤੇ ਬਾਬਾ ਗੁਰਦਿੱਤਾ ਜੀ ਦਾ ਇਕੱਠਾ ਦੇਖ ਲੈਂਦੇ ਜੀ ਹੋ ਗਿਆ ਤਾਂ। ਵੈਸੇ ਮੈਨੂੰ ਲੱਗਦਾ ਇੱਥੇ ਦਾ ਬਲੌਗ ਵੱਡਾ ਹੋ ਜਾਣਾ 10-15 ਮਿੰਟ ਦਾ ਕਰਕੇ। ਚਲੋ ਹੁਣ ਕਰਦੇ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ। ਅਤੇ ਇਹ ਸਾਡੇ ਸਾਰੇ ਬੈਠੇ ਨਾਲ ਦੇ ਜਿੰਨੇ ਅਸੀਂ ਆਏ ਹਾਂ। ਚੜਾ ਲੈਣਾ ਪਹੁੰਚ ਗਏ ਹਾਂ ਗੁਰਦੁਆਰਾ ਕੀਰਤਪੁਰ ਸਾਹਿਬ। ਅਤੇ ਸੰਗਤਾਂ ਕਹਿੰਦੀਆਂ ਇਸ਼ਨਾਨ ਪਾਣੀ ਕਰਨਾ ਇੱਥੇ, ਇਸ਼ਨਾਨ ਕਰਕੇ ਅਤੇ ਲੰਗਰ ਵੀ ਸ਼ਾਇਦ ਇੱਥੋਂ ਛਕਾਂਗੇ। ਲੰਗਰ ਛੱਕ ਕੇ ਫਿਰ ਆਪਾਂ ਜਾਵਾਂਗੇ ਅੱਗੇ। ਸਰੋਵਰ ਵਾਲੀ ਸਾਈਡ ਜਾ ਰਹੇ ਹੁਣ, ਮੈਂ ਕਿਹਾ ਇਸ਼ਨਾਨ ਕਰਨ ਚੱਲੇ ਉੱਧਰ। ਮੈਂ ਲੈ ਕੇ ਨਹੀਂ ਆਈ ਕੁਛ ਨਾਲ, ਮੈਨੂੰ ਹੈ ਨਹੀਂ ਸੀਗਾ ਦਿਮਾਗ 'ਚ ਇੱਦਾਂ ਦਾ, ਪਹਿਲਾਂ ਦੱਸ ਦਿੰਦੀ ਨਾ। ਪਤਾ ਨਹੀਂ ਉੱਧਰ ਚੱਲੇ ਹੋਣੇ ਉਹ ਜਿਹੜੇ ਬਣੇ ਹੋਏ ਨਾ ਜਗ੍ਹਾ, ਹਾਂ ਇੱਥੇ ਪਤਾ ਨਹੀਂ। ਅੱਛਾ ਮੈਂ ਇੱਕ ਗੱਲ ਨੋਟ ਕੀਤੀ ਹੈ, ਗੁਰੂ ਘਰ ਆ ਕੇ ਲੋਕ ਕੀ ਕਰਦੇ ਆ ਦੇਖੋ, ਡਾਈਪਰ ਬੱਚਿਆਂ ਦੇ ਜਾਇਓ ਤੁਸੀਂ। ਲੋਕਾਂ ਨੇ ਨਾ ਬੱਚਿਆਂ ਦੇ ਡਾਈਪਰ ਖੋਲ੍ਹ ਖੋਲ੍ਹ ਕੇ ਐਦੀ ਸੁੱਟੇ ਹੋਏ ਆ ਗੁਰੂ ਘਰ ਆ ਕੇ। ਆਹ ਦੇਖੋ ਇੱਥੇ ਕਿੱਦਾਂ ਗੰਦ ਪਾਇਆ ਇਹਨਾਂ ਨੇ, ਪਤਾ ਨਹੀਂ ਲੋਕ ਕਿਉਂ ਇੱਦਾਂ ਕਰਦੇ ਆ। ਧਾਰਮਿਕ ਜਗ੍ਹਾ 'ਤੇ ਜਾ ਕੇ ਵੀ ਸੋਚਦੇ ਨਹੀਂ ਹੈਗੇ ਕਿ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ ਨਾ। ਇੱਥੇ ਸਾਰੇ ਇੱਦਾਂ ਬਹੁਤ ਜਗ੍ਹਾ ਡਾਈਪਰ ਸੁੱਟੇ ਹੋਏ ਆ ਬੱਚਿਆਂ ਦੇ ਖੋਲ੍ਹ ਖੋਲ੍ਹ ਕੇ।
ਅੱਗੇ ਵੀ ਬਹੁਤ ਪਏ ਸਾਰੇ ਅਤੇ ਕੋਲ ਇੱਥੇ ਸਰੋਵਰ ਆ ਅਤੇ ਇੱਧਰ ਹੈਗਾ ਆ ਜਿੱਥੇ ਅਸਤ ਵਗੈਰਾ ਤਾਰਦੇ ਆ ਨਾ ਅਸਤ ਘਾਟ ਆ ਇੱਧਰ ਵੀ ਅਤੇ ਪਤਾ ਨਹੀਂ ਲੋਕਾਂ ਦੀ ਮਾਨਸਿਕਤਾ ਨੂੰ ਕੀ ਹੋ ਗਿਆ ਹੈ ਵੀ ਇੰਨੀ ਪਵਿੱਤਰ ਜਗ੍ਹਾ ਆ ਨਾ ਇੰਨੀ ਪਵਿੱਤਰ ਜਗ੍ਹਾ ਦੇ ਵਿੱਚ ਆ ਕੇ ਤੁਸੀਂ ਇਹ ਸਾਰਾ ਕੁਛ ਕਰਦੇ ਆ ਅਤੇ ਗੰਦ ਪਾਉਂਦੇ ਆ ਗਲਤ ਗੱਲ ਆ ਇਹ ਡਾਈਪਰ ਕਿੱਦਾਂ ਖੋਲ੍ਹ ਖੋਲ੍ਹ ਸਿੱਟੇ ਹੋ ਲੋਕਾਂ ਨੇ ਲੋਕਾਂ ਦੇ ਦਿਮਾਗ ਇੰਨੇ ਖਰਾਬ ਆ ਵੀ ਤੁਸੀਂ ਇੰਨੀ ਪਵਿੱਤਰ ਜਗ੍ਹਾ 'ਤੇ ਆ ਕੇ ਤੁਸੀਂ ਇੱਦਾਂ ਨਿਆਣਿਆਂ ਦੇ ਡਾਈਪਰ ਲਾ ਲਾ ਕੇ ਸਿੱਟੀ ਜਾਂਦੇ ਆ ਇੱਥੇ ਇੱਧਰ ਵੀ ਆ ਸਾਰਾ ਉੱਦੀ ਭਰਿਆ ਪਿਆ ਘਰ ਵੀ ਇੱਦਾਂ ਲੋਕ ਗੰਦ ਪਾਉਂਦੇ ਉਹੀ ਤਾਂ ਗੱਲ ਆ ਦਿਮਾਗ ਖਰਾਬ ਦੀਆਂ ਗੱਲਾਂ ਉਹ ਡਸਟਬਿਨ ਪਏ ਆ ਉੱਥੇ ਉਹ ਪਿੱਪਲ ਦੇ ਕੋਲ ਇੱਕ ਡਸਟਬਿਨ ਪਿਆ ਉੱਧਰ ਪਿਆ ਬਲਿਊ ਅਤੇ ਉੱਥੇ ਨਹੀਂ ਲੋਕਾਂ ਨੇ ਪਾਉਣੇ ਇੱਥੇ ਇੱਦਾਂ ਗੰਦ ਪਾਇਆ ਪਿਆ ਸਾਰੇ ਪਾਸੇ ਜਿੱਧਰ ਮਰਜ਼ੀ ਚਲ ਜਾਓ ਆਪਣੇ ਘਰ ਉਹ ਨਹੀਂ ਦੇਖਦੇ ਕਿ ਆਪਣੇ ਜਿੱਦਾਂ ਘਰਾਂ ਦੇ ਵਿੱਚ ਲੋਕ ਸਫਾਈ ਕਰਦੇ ਆ ਉਹ ਸੋਚਦੇ ਨਹੀਂ ਕਿ ਆਪਣਾ ਘਰ ਅਸੀਂ ਸਾਫ਼ ਰੱਖਦੇ ਹਾਂ ਅਤੇ ਜਿਹੜਾ ਗੁਰੂ ਘਰ ਵਾ ਜਿੱਥੇ ਸਾਰੀ ਦੁਨੀਆ ਆਉਂਦੀ ਆ ਮਰ ਕੇ ਵੀ ਬੰਦਾ ਇੱਥੇ ਹੀ ਪਹੁੰਚਦਾ ਅਤੇ ਇੱਥੇ ਲੋਕਾਂ ਨੇ ਇੰਨਾ ਗੰਦ ਪਾਇਆ ਦੇਖੋ ਲਿਫਾਫੇ ਭਰ ਭਰ ਕੇ ਕੂੜੇ ਦੇ ਸੁੱਟੇ ਹੋਏ ਆ ਇੱਥੇ ਦਿਖਾਉਣ ਤੋਂ ਵੀ ਸ਼ਰਮ ਆਉਂਦੀ ਆ ਕਿ ਇੰਨਾ ਜ਼ਿਆਦਾ ਗੰਦ ਗੁਰੂ ਘਰ ਦੇ ਵਿੱਚ ਪਹੁੰਚ ਗਿਆ ਆਪਾਂ ਅਸਤ ਘਾਟ ਜਿੱਥੇ ਅਸਤ ਪਾਏ ਜਾਂਦੇ ਆ ਅਤੇ ਜਲ ਦੇਖੋ ਕਿੰਨਾ ਤੇਜ਼ ਚੱਲ ਰਿਹਾ ਇੱਧਰ ਕਾਫੀ ਤੇਜ਼ ਆ ਨਾ ਅੱਛਾ ਉੱਧਰ ਇਸ਼ਨਾਨ ਕਰਦੇ ਪਏ ਆ ਇੱਧਰ ਵੀ ਕਰਦੇ ਆ ਸਹੀ ਆ ਜਲ ਦਾ ਪ੍ਰਵਾਹ ਇੰਨਾ ਜ਼ਿਆਦਾ ਤੇਜ਼ ਆ ਅੱਜ ਇੱਥੇ ਕਈ ਵੇਲੇ ਬਹੁਤ ਘੱਟ ਹੁੰਦਾ ਆ ਜਿੱਦਾਂ ਪਾਣੀ ਬਹੁਤ ਤੇਜ਼ ਆ ਅੱਜ ਪਾਣੀ ਬਹੁਤ ਜ਼ਿਆਦਾ ਆ ਪਾਣੀ ਛੱਡਿਆ ਹੋਇਆ ਇੱਧਰ ਖਰਾਬ ਹੋ ਗਿਆ ਹੁਣ ਪੁਰਾਣਾ ਹੋ ਗਿਆ ਨਾਲੇ ਤਾਂ ਹੀ ਫਿਰ ਉਹ ਲੱਗਦੇ ਆ ਜਿੱਦਾਂ ਲੱਗਦਾ ਹੈ ਜਿੱਦਾਂ ਲੈ ਕੇ ਆਇਓ ਹੈ ਨਾ ਅਰਦਾਸ ਹੋ ਰਹੀ ਆ ਅਤੇ ਚਲੋ ਮਹਾਰਾਜ ਸਾਰਿਆਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਜਿਨ੍ਹਾਂ ਦੀ ਵੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਬੰਦਾ ਇੱਥੇ ਪਹੁੰਚਦਾ ਅਸਲ ਘਰ ਇੱਥੇ ਜਾਣਾ ਸਾਰਿਆਂ ਨੇ ਇੱਥੇ ਹੀ ਪਹੁੰਚਣਾ ਹਾਂ ਸਾਡੇ ਨਾਲ ਦੇ ਇੱਧਰ ਚਲੇ ਗਏ ਆ ਨਹਾਉਣ ਇਸ਼ਨਾਨ ਕਰਨ ਅਤੇ ਉਹ ਪ੍ਰਭਲੀਨ ਕੌਰ ਖੜੀ ਆ ਪ੍ਰਭਲੀਨ ਆ ਬੈਠੀ ਆ ਇੱਥੇ ਨਾਲ ਉਹਦੀ ਮੰਮੀ ਉੱਧਰ ਲੈ ਕੇ ਜਾਂਦੀ ਮੈਂ ਉੱਧਰ ਦਿਖਾ ਕੇ ਲੈ ਕੇ ਆਉਂਦੀ ਹੁਣ ਦੂਸਰੀ ਸਾਈਡ ਵੀ ਚਲੇ ਗਏ ਆਪਾਂ ਅਤੇ ਉੱਥੋਂ ਮੱਥਾ ਟੇਕੀਏ ਅਸੀਂ ਮੌਸਮ ਅੱਜ ਠੰਡਾ ਹੀ ਆ ਅਤੇ ਹੁਣ ਇੱਥੋਂ ਬਾਅਦ ਜਾਂਦੇ ਹਾਂ ਬਾਬਾ ਗੁਰਦਿੱਤਾ ਜੀ ਬਾਬਾ ਗੁਰਗਣ ਸ਼ਾਹ ਜੀ ਦੇ ਇੱਧਰਲੀ ਸਾਈਡ ਮੈਂ ਪਹਿਲਾਂ ਕਦੀ ਨਹੀਂ ਆਈ ਮੈਂ ਫਸਟ ਟਾਈਮ ਇੱਧਰ ਆਈ ਹਾਂ ਇੱਧਰ ਕੱਚੀ ਬੇਈ ਵੀ ਜਿਹੜੀ ਹੈਗੀ ਉਹ ਵੀ ਹੈਗੀ ਆ ਇੱਥੇ ਕੱਚੀ ਬੇਈ ਇਹਦੇ ਵਿੱਚ ਬੂਟੀ ਕਾਫੀ ਹੋ ਗਈ ਉਹ ਆ ਅਤੇ ਇੱਧਰ ਨਾਲ ਦੀ ਨਾਲ ਮੁਰੰਮਤ ਦਾ ਕੰਮ ਵੀ ਚੱਲਦਾ ਪਿਆ ਆ ਪੌੜੀਆਂ ਬਣਦੀਆਂ ਪਈਆਂ ਨਵੀਆਂ ਸਾਡੇ ਨਾਲ ਦੇ ਸਾਰੇ ਇੱਥੇ ਆਇਓ ਅਸੀਂ ਇਸ਼ਨਾਨ ਕਰਦੇ ਪਏ ਹਾਂ ਅਤੇ ਅਸਤ ਘਾਟ ਤੋਂ ਬਾਅਦ ਫਿਰ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਅਸੀਂ ਜਾਵਾਂਗੇ ਬਾਬਾ ਬੁੱਢਣ ਸ਼ਾਹ ਜੀ ਅਤੇ ਬਾਬਾ ਗੁਰਦਿੱਤਾ ਜੀ ਦੇ ਅਤੇ ਆਪ ਅਲੱਗ ਅਲੱਗ ਜੇ ਬਲੌਗ ਨਹੀਂ ਜੇ ਮਤਲਬ ਕਿ ਇਹ ਬੜਾ ਬਲੌਗ ਵੱਡਾ ਹੋ ਗਿਆ ਅਤੇ ਫਿਰ ਮੈਂ ਅਲੱਗ ਬਲੌਗ ਜਿਹੜਾ ਬਣਾਊਂਗੀ ਬਾਬਾ ਬੁੱਢਣ ਸ਼ਾਹ ਜੀ ਅਤੇ ਬਾਬਾ ਗੁਰਦਿੱਤਾ ਜੀ ਦਾ ਇਕੱਠਾ ਬਣਾ ਦੂੰਗੀ ਅਤੇ ਅਲੱਗ ਅਲੱਗ ਪਾਰਟ ਦੇ ਵਿੱਚ ਮੈਂ ਉਹਨੂੰ ਪੋਸਟ ਕਰੂੰਗੀ ਕਿਉਂਕਿ ਕਾਫੀ ਲੰਬਾ ਹੋ ਜਾਣਾ ਫਿਰ ਉਸ ਤੋਂ ਬਾਅਦ ਅਸੀਂ ਜਾਣਾ ਆ ਮਹਾਂਮਾਈ ਜੀ ਦੇ ਦਰਬਾਰ 'ਚ ਮਾਂ ਨੈਣਾ ਦੇਵੀ ਜੀ ਦੇ ਅਤੇ ਮੈਨੂੰ ਲੱਗਦਾ ਸੀ ਕਿ ਪਹਿਲਾਂ ਅਸੀਂ ਉੱਧਰ ਜਾਵਾਂਗੇ ਮਾਤਾ ਨੈਣਾ ਦੇਵੀ ਵਾਪਸ ਇੱਧਰ ਆਵਾਂਗੇ ਅਤੇ ਪਰ ਸਾਡੇ ਨਾਲ ਜਿਹੜੇ ਮੇਰੇ ਨਾਲ ਹੈਗੇ ਆ ਗੁਆਂਢੀ ਸਾਡੇ ਉਹ ਕਹਿੰਦੇ ਕਿ ਪਹਿਲਾਂ ਚਲੋ ਇੱਥੇ ਜਾਇਆ ਨੇ ਨਾਲੇ ਲੰਗਰ ਵਗੈਰਾ ਛੱਕ ਕੇ ਨਾ ਕਿ ਉੱਥੇ ਕੀਰਤਪੁਰ ਸਾਹਿਬ ਅਸੀਂ ਸਭ ਤੋਂ ਪਹਿਲਾਂ ਕੀਰਤਪੁਰ ਸਾਹਿਬ ਆਏ ਹਾਂ
वापस आके पी लें, मत्था टेक के पी लें, उतो ही लंघना है मुड़ के। लगे प्रसाद करो। अच्छा पर्ची इधर घट आती है ना, पर्ची ले ला पजा दा। मैं क्या इधरों मिलनी दे तो याद के